ਵੈਲਕਮ ਡੀਅਰ ਸਟੂਡੈਂਟਸ ਇਨ ਟੁਡੇਜ਼ ਵੀਡੀਓ ਲੈਸਨ ਅੱਜ ਦੇ ਇਸ ਵੀਡੀਓ ਲੈਸਨ ਦੇ ਵਿੱਚ ਅਸੀਂ ਤੁਹਾਡੇ ਲੈਸਨ ਨੰਬਰ 11 ਦੀ ਇੱਕ ਰਹਿੰਦੀ ਐਕਟੀਵਿਟੀ ਐਕਟੀਵਿਟੀ ਨੰਬਰ 9 ਕਰਨ ਜਾ ਰਹੇ ਹਾਂ ਬੇਟਾ ਜੋ ਲੈਟਰ ਰਾਈਟਿੰਗ ਨਾਲ ਸੰਬੰਧਿਤ ਹੈ ਸਾਨੂੰ ਪੇਜ ਨੰਬਰ 147 ਦੇ ਉੱਤੇ ਇੱਕ ਲੈਟਰ ਦਿੱਤੀ ਗਈ ਹੈ ਬੁੱਕ ਦੇ ਉੱਤੇ ਜੋ ਕਿ ਸੋਲਵ ਹੈ ਬੇਟਾ ਠੀਕ ਉਸੇ ਲੈਟਰ ਦੇ ਪੈਟਰਨ ਨੂੰ ਫੋਲੋ ਕਰਦੇ ਹੋਏ ਸਾਨੂੰ ਐਕਟੀਵਿਟੀ 9 ਦੇ ਵਿੱਚ ਲੈਟਰ ਲਿਖਣ ਲਈ ਕਿਹਾ ਗਿਆ ਹੈਗਾ ਠੀਕ ਚਲੋ ਆਜੂ ਕਰਦੇ ਹਾਂ ਸ਼ੁਰੂ ਦੇਖਦੇ ਹਾਂ ਕਾਦੇ ਬਾਰੇ ਲਿਖਣੀ ਹੈ ਲੈਟਰ ਸਟੇਟਮੈਂਟ ਦੇਖ ਲਓ ਰਾਈਟ ਆ ਲੈਟਰ ਟੂ ਯੋਰ ਫਰੈਂਡ ਟੈਲਿੰਗ ਹਿਮ অর ਹਰ ਆਲ ਅਬਾਊਟ ਦਾ ਐਨੀਮਲ ਵਰਡ ਯੂ ਰੋਟ ਅਬਾਊਟ ਤੁਸੀਂ ਆਪਣੇ ਦੋਸਤ ਨੂੰ ਚਿੱਠੀ ਲਿਖਣੀ ਹੈ ਤੇ ਉਹਨੂੰ ਦੱਸਣਾ ਸਾਰਾ ਕੁਝ ਉਹਦੇ ਬਾਰੇ ਜਿਹੜਾ ਤੁਸੀਂ ਕਿਸੇ ਐਨੀਮਲ ਜਾਂ ਕਿਸੇ ਵਰਡ ਦੇ ਬਾਰੇ ਲਿਖਿਆ ਐ ਐਟ ਦਾ ਐਂਡ ਯੂ ਮਸਟ ਰਾਈਟ ਟੂ ਯੋਰ ਫਰੈਂਡ ਅਬਾਊਟ ਵਾਈ ਹਿਊਮਨ ਬੀਿੰਗ ਸ਼ੁਡ ਟ੍ਰਾਈ ਟੂ protect birds and animals from getting hunted by poachers ਉਹ ਕਹਿੰਦੇ ਆਖਰ ਦੇ ਵਿੱਚ ਲੈਟਰ ਲਿਖਣ ਲੈਣ ਲਈ ਤੁਸੀਂ ਸ਼ੁਰੂ ਕਰ ਲਈ ਉੱਥੇ ਤੁਸੀਂ ਜਿਹੜੇ ਐਨੀਮਲਸ ਦਾ ਵਰਡ ਦੇ ਬਾਰੇ ਲਿਖਣਾ ਸੀ ਲਿਖ ਲਿਆ ਐਂਡ ਦੇ ਵਿੱਚ ਇੱਕ ਪੈਰਾ ਤੁਸੀਂ ਲਿਖੋਗੇ ਜਿਹਦੇ ਵਿੱਚ ਤੁਸੀਂ ਆਪਣੇ ਦੋਸਤ ਨੂੰ ਦੱਸੋਗੇ ਕਿ ਸਾਨੂੰ ਜਿਹੜੇ ਐਨੀਮਲਸ ਜਾਂ ਜਿਹੜੇ ਹੈਗੇ ਨੇ ਬਰਡਸ ਇਹਨਾਂ ਨੂੰ ਕਿਉਂ ਪ੍ਰੋਟੈਕਟ ਕਰਨਾ ਚਾਹੀਦਾ ਸ਼ਿਕਾਰੀਆਂ ਦੇ ਹੱਥੋਂ ਸੋ ਆਜੋ ਕਰਦੇ ਆਪਾਂ ਸ਼ੁਰੂ ਜਿੱਦਾਂ ਕਿ ਲੈਟਰ ਦਾ ਪੈਟਰਨ ਹੈ ਬੇਟਾ ਫਸਟ ਆਫ ਆਲ ਅਸੀਂ ਐਡਰੈਸ ਲਿਖਦੇ ਹੁੰਨੇ ਆ ਅਗਰ ਸਟੇਟਮੈਂਟ ਦੇ ਵਿੱਚ ਐਡਰੈਸ ਦਿੱਤਾ ਹੋਇਆ ਤਾਂ ਅਸੀਂ ਉਹ ਵਾਲਾ ਐਡਰੈਸ ਲਿਖਦੇ ਆ ਅਗਰ ਐਡਰੈਸ ਨਹੀਂ ਦਿੱਤਾ ਗਿਆ ਤਾਂ ਐਡਰੈਸ ਅਸੀਂ ਆਪਣੇ ਕੋਲੋਂ ਲਿਖਦੇ ਆ ਸੋ ਇੱਥੇ ਐਡਰੈਸ ਨਹੀਂ ਦਿੱਤਾ ਹੋਇਆ ਮੈਂ ਇੱਥੇ ਲਿਖਿਆ 12 ਮਾਡਲ ਟਾਊਨ ਨਕੋਦਰ ਤੁਸੀਂ ਇੱਥੇ ਕੋਈ ਵੀ ਹੋਰ ਐਡਰੈਸ ਲਿਖ ਸਕਦੇ ਹੋ ਫਿਰ ਇੱਕ ਲੈਂਸਕਿਪ ਕਰਕੇ ਤੁਸੀਂ ਡੇਟ ਲਿਖੋਗੇ ਇੱਥੇ ਲਿਖਿਆ ਹੈ 30th ਅਪ੍ਰੈਲ 2021 ਸੋ ਇੱਥੇ ਵੀ ਤੁਸੀਂ ਡੇਟ ਚੇਂਜ ਕਰ ਦੇਣੀ ਹੈ ਤੁਸੀਂ ਅੱਜ ਦੀ ਡੇਟ ਲਿਖ ਸਕਦੇ ਹੋ ਨੈਕਸਟ ਫਿਰ ਡੀਅਰ ਰੋਹਿਤ ਰੋਹਿਤ ਵੀ ਇੱਥੇ ਕੋਈ ਨਾਮ ਦਿੱਤਾ ਨਹੀਂ ਹੋਇਆ ਤੁਸੀਂ ਆਪਣੇ ਫਰੈਂਡ ਦਾ ਨਾਮ ਲਿਖ ਸਕਦੇ ਹੋ ਠੀਕ ਸੋ ਹੁਣ ਆਪਾਂ ਕਰਦੇ ਹਾਂ ਲੈਟਰ ਸਟਾਰਟ ਹੀ ਹੋ ਗਿਆ ਐਡਰੈਸ ਆਈ ਏਮ ਫਾਈਨ ਐਂਡ ਹੋਪ ਦ ਸੇਮ ਫਾਰ ਯੂ ਮੈਂ ਇੱਥੇ ਬਹੁਤ ਵਧੀਆ ਉਮੀਦ ਕਰਦਾ ਤੂੰ ਵੀ ਉੱਥੇ ਵਧੀਆ ਹੋਵੇਂਗਾ ਜਿੰਨੀਆਂ ਵੀ ਅਸੀਂ ਬੇਟਾ ਇਨਫੋਰਮਲ ਲੈਟਰਸ ਲਿਖਦੇ ਹਾਂ ਉਹਦੀ ਸਟਾਰਟਿੰਗ ਅਸੀਂ ਇਦਾਂ ਹੀ ਕਰਦੇ ਹਾਂ ਠੀਕ ਸੋ ਲਿਖ ਲਿਆ ਮਾਈ ਟੀਚਰ ਗੇਵ ਮੀ ਐਨ ਅਸਾਈਨਮੈਂਟ ਮੇਰੇ ਟੀਚਰ ਨੇ ਮੈਨੂੰ ਇੱਕ ਅਸਾਈਨਮੈਂਟ ਦਿੱਤੀ ਹੈ ਟੂ ਰਾਈਟ ਅਬਾਊਟ ਅ ਵਰਡ ਇੱਕ ਕਾਦੇ ਬਾਰੇ ਪੰਛੀ ਦੇ ਬਾਰੇ ਲਿਖਣ ਦੇ ਵਿੱਚ ਆਈ ਰੋਟ ਅਬਾਊਟ ਅ ਪੀਕੌਕ ਤੇ ਮੈਂ ਕਾਦੇ ਬਾਰੇ ਲਿਖਿਆ ਪੀਕੌਕ ਦੇ ਬਾਰੇ ਦੇ ਵਿੱਚ ਲਿਖਿਆ ਹੈਗਾ ਇਟ ਇਜ਼ ਮੀਡੀਅਮ ਸਾਈਜ਼ਡ ਮੇਲ ਵਰਡ ਇੱਕ ਦਰਮਿਆਨੇ ਆਕਾਰ ਦਾ ਨਰ ਪੰਛੀ ਹੈ ਦਾ ਫੀਮੇਲ ਇਜ਼ ਕਾਲਡ ਪੀਹਨ ਜਿਹੜੀ ਇਹਦੀ ਮਾਦਾ ਪਰਜਾਤੀ ਹੈ ਜਾਂ ਮਾਦਾ ਪੰਛੀ ਹੈ ਉਹਨੂੰ ਅਸੀਂ ਪੀਹਨ ਕਹਿੰਦੇ ਆ ਅੱਗੇ ਅਸੀਂ ਥੋੜਾ ਹੋਰ ਪੀਕਾਕ ਬਾਰੇ ਲਿਖਾਂਗੇ ਦਾ ਪੀਕਾਕ ਹੈਜ਼ ਅ ਲੌਂਗ ਸ਼ਾਈਨੀ ਡਾਰਕ ਬਲੂ ਨੈਕ ਐਂਡ ਮਲਟੀ ਕਲਰਡ ਫੈਦਰਸ ਠੀਕ ਆਪਾਂ ਨੂੰ ਪਤਾ ਮੋਰ ਦੀ ਲੰਬੀ ਚਮਕਦੀ ਡਾਰਕ ਬਲੂ ਕਲਰ ਦੀ ਗਰਦਨ ਹੁੰਦੀ ਹੈ ਤੇ ਉਹਦੇ ਜਿਹੜੇ ਖੰਭ ਹੁੰਦੇ ਨੇ ਮਲਟੀ ਕਲਰਡ ਹੁੰਦੇ ਨੇ ਸੋ ਇਟ ਹੈਜ਼ ਅ ਕਰਾਉਨ ਔਨ ਇਟਸ ਹੈਡ ਉਹਦੇ ਸਿਰ ਤੇ ਕੀ ਹੁੰਦਾ ਇੱਕ ਤਾਜ ਹੁੰਦਾ ਕਲੰਗੀ ਜਿਹਨੂੰ ਆਪਾਂ ਕਹਿੰਦੇ ਆ ਇਟ ਈਟਸ ਪਲਾਂਟਸ ਫਰੂਟਸ ਸੀਡਸ ਗ੍ਰੇਨਸ ਇਨਸੈਕਟਸ ਸਨੇਕਸ ਐਕਸਟਰਾ ਹੁਣ ਉਹ ਖਾਂਦਾ ਕੀ ਆ ਪਲਾਂਟਸ ਖਾਂਦਾ ਫਰੂਟ ਖਾਂਦਾ ਸੀਡਸ ਖਾਂਦਾ ਗ੍ਰੇਨ ਮੀਨਸ ਅਨਾਜ ਖਾਂਦਾ ਇਨਸੈਕਟ ਕੀੜੇ ਮਕੌੜੇ ਖਾਂਦਾ ਸਨੇਕਸ ਵੀ ਖਾਂਦਾ ਠੀਕ ਨੈਕਸਟ ਇਟ ਫਲਾਈਸ ਬਟ ਨੋਟ ਵੈਰੀ ਫਾਰ ਇਹ ਉੱਡਦਾ ਪਰ ਬੜੀ ਦੂਰ ਤੱਕ ਨਹੀਂ ਉੱਡਦਾ ਹੁਣ ਦੇਖੋ ਤੁਸੀਂ ਪੀਕਾਕ ਬਾਰੇ ਲਿਖ ਰਹੇ ਹੋ ਤਾਂ ਆਪਾਂ ਉਹਦੇ ਸਾਈਜ਼ ਦੀ ਗੱਲ ਕੀਤੀ ਹੈ ਹਨਾ ਨਰ ਮਾਦਾ ਦੀ ਗੱਲ ਕੀਤੀ ਐ ਮੇਲ ਨੂੰ ਕੀ ਕਹਿੰਦੇ ਆ ਫੀਮੇਲ ਨੂੰ ਕੀ ਕਹਿੰਦੇ ਆ ਫਿਰ ਉਹਦੇ ਉਹਦਾ ਰੰਗ ਆਕਾਰ ਦੀ ਗੱਲ ਕਰ ਲਈ ਫਿਰ ਅਸੀਂ ਉਹਦੇ ਸਿਰ ਤੇ ਕਲਗੀ ਦੀ ਗੱਲ ਕਰ ਲਈ ਫਿਰ ਉਹ ਖਾਂਦਾ ਕੀ ਉਹਦੀ ਗੱਲ ਕਰ ਲਈ ਠੀਕ ਹੋਰ ਲੰਬਾ ਅਗਰ ਇਹਨੂੰ ਕਰਨਾ ਚਾਹੋ ਤੁਸੀਂ ਕਿੱਥੇ ਰਹਿੰਦਾ ਉਹ ਵੀ ਐਡ ਆਨ ਕਰ ਸਕਦੇ ਹੋ ਲਾਈਨਾਂ ਠੀਕ ਉਸ ਤੋਂ ਬਾਅਦ ਹੁਣ ਅੱਗੇ ਆ ਗਿਆ ਆਪਾਂ ਪੀਕਾਕ ਕੀ ਐ ਨੈਸ਼ਨਲ ਬਰਡ ਆ ਸੋ ਦਾ ਪੀਕਾਕ ਇਜ਼ ਦਾ ਨੈਸ਼ਨਲ ਵਰਡ ਆਫ ਇੰਡੀਆ ਇੱਥੇ ਤੱਕ ਅਸੀਂ ਲਿਖ ਲਿਆ ਤੇ ਹੁਣ ਅਗਲੀ ਗੱਲ ਜਿਹੜੀ ਆਪਣਾ ਅਗਲੇ ਪੈਰੇ ਦੇ ਵਿੱਚ ਕਰਨੀ ਵੀ ਸ਼ੁਡ ਪ੍ਰੋਟੈਕਟ ਇਟ ਸਾਨੂੰ ਇਸ ਨੂੰ ਪ੍ਰੋਟੈਕਟ ਕਰਨਾ ਚਾਹੀਦਾ ਇਹਦੀ ਸੁਰੱਖਿਆ ਕਰਨੀ ਚਾਹੀਦੀ ਆ ਹੁਣ ਅਗਲਾ ਪੈਰਾ ਜਿਹੜੀ ਗੱਲ ਕੀਤੀ ਸੀ ਕਿਉਂ ਕਰਨੀ ਚਾਹੀਦੀ ਆ ਅਸੀਂ ਇਹ ਵੀ ਆਪਣੇ ਫਰੰਟ ਨਾਲ ਗੱਲ ਕਰਨੀ ਆ ਸੋ ਅਸੀਂ ਉੱਥੇ ਕੀ ਲਿਖ ਸਕਦੇ ਨੇ ਦਾ ਵਰਡਸ ਐਂਡ ਐਨੀਮਲਸ ਮੈਂਟੇਨ ਬੈਲੈਂਸ ਇਨ ਦਾ ਇਕੋਸਿਸਟਮ ਹਰ ਇੱਕ ਪ੍ਰਜਾਤੀ ਦਾ ਆਪਣਾ ਸਥਾਨ ਆ ਸਾਡੇ ਇਕੋਸਿਸਟਮ ਦੇ ਵਿੱਚ ਅਗਰ ਇੱਕ ਕੋਈ ਪ੍ਰਜਾਤੀ ਖਤਮ ਹੁੰਦੀ ਆ ਉਹਦਾ ਪ੍ਰਭਾਵ ਦੂਜੀਆਂ ਤੇ ਵੀ ਪੈਂਦਾ ਇਸ ਲਈ ਉਹ ਕਹਿੰਦੇ ਜਿਹੜੇ ਪੰਛੀ ਨੇ ਜਾਂ ਜਾਨਵਰ ਨੇ ਉਹ ਮੇਨਟੇਨ ਕਰਕੇ ਰੱਖਦੇ ਨੇ ਇਸ ਬੈਲੈਂਸ ਨੂੰ ਇਕੋਸਿਸਟਮ ਦੇ ਵਿੱਚ ਦਾ ਹੰਟਰ ਹੰਟ ਥੈਮ ਫਾਰ ਮਨੀ ਜਿਹੜੇ ਹੰਟਰ ਨੇ ਜਾਂ ਪੋਚਰ ਵੀ ਕਹਿ ਸਕਦੇ ਹੋ ਸ਼ਿਕਾਰੀ ਉਹ ਕਾਦੇ ਲਈ ਇਹਨਾਂ ਨੂੰ ਹੰਟ ਕਰਦੇ ਨੇ ਸ਼ਿਕਾਰ ਕਰਦੇ ਨੇ ਇਹਨਾਂ ਦਾ ਪੈਸੇ ਲਈ ਉਹ ਕਿਸੇ ਦਾ ਚਮੜੀ ਵੇਚਦੇ ਨੇ ਹਨਾ ਜਾਨਵਰਾਂ ਦੀ ਕਿਸੇ ਦੇ ਦੰਦ ਵੇਚਦੇ ਨੇ ਜਿੱਦਾਂ ਹਾਥੀ ਦੇ ਹਨਾ ਸੋ ਉਹ ਪੈਸੇ ਲਈ ਇਹਨਾਂ ਨੂੰ ਮਾਰ ਕੇ ਲੈ ਜਾਂਦੇ ਨੇ ਇਹਨਾਂ ਦੇ ਹੱਡੀਆਂ ਵੇਚਦੇ ਨੇ ਸਕਿਨ ਵੇਚਦੇ ਨੇ ਹਨਾ ਸੋ ਸੋ ਵੀ ਸ਼ੁਡ ਟ੍ਰਾਈ ਟੂ ਪ੍ਰੋਟੈਕਟ ਥੈਮ ਸਾਨੂੰ ਇਹਨੂੰ ਪ੍ਰੋਟੈਕਟ ਕਰਨਾ ਚਾਹੀਦਾ ਕਿਉਂ ਕਰਨਾ ਚਾਹੀਦਾ ਸੀ ਉੱਤੇ ਗੱਲ ਕੀਤੀ ਆ ਇਹ ਬੈਲੈਂਸ ਕਰਦੇ ਆ ਇਕੋਸਿਸਟਮ ਨੂੰ ਇਟ ਮਸਟ ਬੀ ਸਟਾਪਡ ਇਹ ਜ਼ਰੂਰ ਹੀ ਰੁਕਣਾ ਚਾਹੀਦਾ ਇਹਨੂੰ ਰੋਕਿਆ ਜਾਣਾ ਚਾਹੀਦਾ ਐਂਡ ਤੇ ਯੂ ਆਰ ਸੈਂਸੀਅਰਲੀ ਅਜੀ ਇੱਥੇ ਵੀ ਤੁਸੀਂ ਆਪਣਾ ਨਾਮ ਲਿਖ ਸਕਦੇ ਹੋ ਸੋ ਇਹ ਹੋ ਗਈ ਲੈਟਰ ਤੁਸੀਂ ਕੁਝ ਹੋਰ ਲੈਣਾ ਮੈਂ ਬਹੁਤ ਇਜ਼ੀ ਕਰਕੇ ਪਾਈਆ ਤਾਂ ਕਿ ਸਾਰੇ ਬੱਚੇ ਨੂੰ ਆਸਾਨੀ ਨਾਲ ਲਰਨ ਕਰ ਸਕਣ ਜਿਹੜੇ ਬੱਚੇ ਹੋਰ ਵਧੀਆ ਤਰੀਕੇ ਨਾਲ ਲਿਖਣਾ ਚਾਹੁੰਦੇ ਨੇ ਹੋਰ ਲਾਈਨਾਂ ਵੀ ਇਹਦੇ ਵਿੱਚ ਐਡ ਆਨ ਕਰ ਸਕਦੇ ਨੇ ਬੇਟਾ ਸੋ ਇਹ ਸੀ ਅੱਜ ਦੀ ਲੈਟਰ ਅੱਜ ਦੀ ਐਕਟੀਵਿਟੀ ਅੱਜ ਦੀ ਵੀਡੀਓ ਥੈਂਕਸ ਫॉर ਵਾਚਿੰਗ ਅਗਰ ਵੀਡੀਓ ਚੰਗੀ ਲੱਗੀ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਅਗਲੇ ਕਿਸੇ ਹੋਰ ਟੌਪਿਕ ਦੇ ਨਾਲ ਅਗਰ ਬੇਟਾ ਮੈਂ ਆਪਦੇ ਬੋਲਨ ਤਾਂ ਸਾਰਾ ਕੁਝ ਕਰਵਾ ਰਹੀ ਆ ਅਗਰ ਕੋਈ ਐਕਟੀਵਿਟੀ ਤੁਹਾਨੂੰ ਧਿਆਨ ਚਾਉਂਦੀ ਆ ਕਿ ਨਹੀਂ ਅਵੇਲੇਬਲ ਹੈਗੀ ਤਾਂ ਤੁਸੀਂ ਉਹ ਵੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਆਪਾਂ ਉਹ ਵੀ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਟਿਲ ਦੈਨ ਬਾਏ ਬਾਏ